ਇਹ ਆਪਣੇ ਇਮਰਾਨ ਮੁਗਲ ਕਸ਼ਮੀਰੀ ਸਾਹਿਬ ਹੈ ਜਿਹੜੇ ਜਿਨ੍ਹਾਂ ਤੋਂ ਅੱਛੀ ਤਰ੍ਹਾਂ ਵਾਕਫ ਹੋ ਤੁਸੀਂ ਸਾਰੇ ਇਹ ਉਹਨਾਂ ਨੇ ਕਜ਼ਨ ਪਾਈ ਹੈ ਕਿੰਨੇ ਅਰਸੇ ਤੋਂ ਮੈਂ ਤਕਰੀਬਨ ਕੋਈ 12 ਸਾਲ ਹੈ ਜੀ ਉਹ ਅੱਜ ਕੱਲ੍ਹ ਡੱਡਿਆਲ ਹੋਣੇ ਬਰਗਰ ਸ਼ਰਗਰ ਚਾਹੀਦਾ ਮੈਂ ਇਹ ਰਿਆਜ਼ ਬੇਕਰੀ ਹੈ ਜੀ ਅਸਲਾਮ ਅਲੈਕੁਮ ਜੀ ਉਮੀਦ ਕਰਨੇ ਹਾਂ ਸਾਰੇ ਬੰਦੇ ਠੀਕ ਹੋ ਸੋ ਖਰੀਏ ਤੁਸੀਂ ਮਾੜਾ ਨਾ ਆਦਲ ਇਕਬਾਲ ਸਭ ਤੱਕ ਨੇ ਪਿਓ ਲਾਲਾ ਜੀ ਵਲੋਗਸ ਅੱਜ ਨਾ ਭਾਈ ਹੋਣਾ ਨਾਲ ਮੁਲਾਕਾਤ ਹੋਈ ਹੈ ਛੋੜੇ ਬਜ਼ਾਰਾਂ ਵਿੱਚ ਮਸੀਰ ਨਾਲ ਸੋਨਾ ਠੀਕ ਹੈ ਇਹ ਆਪਣੇ ਕਜ਼ਨ ਹੀ ਲੱਗਣੇ ਔਰ ਇਹ ਤਾਂ ਰਿਆਜ਼ ਬੇਕਰੀ ਵਿੱਚ ਮੌਜੂਦ ਹਾਂ ਜੀ ਇੱਥੇ ਕਿਸ ਕਿਸਮ ਦੇ ਹੋ ਠੀਕ ਹੈ ਨਾਲ ਸ਼ੌਕ ਨਾਲ ਇੱਥੇ ਕੰਮ ਕਰਨੇ ਜੋਬ ਕਰਨੇ ਤਾਂ ਇਹਨਾਂ ਨਾਲ ਮੁਲਾਕਾਤ ਕਰਵਾਉਣੇ ਸੋਨੀ ਅਤੇ ਮੇਨ ਚੀਜ਼ ਜਿਹੜੀ ਦੱਸਣ ਲਈ ਹੈ ਉਹ ਇਹ ਆ ਕਿ ਇਹ ਆਪਣੇ ਇਮਰਾਨ ਮੁਗਲ ਕਸ਼ਮੀਰੀ ਸਾਹਿਬ ਹੈ ਜਿਹੜੇ ਜਿਨ੍ਹਾਂ ਤੋਂ ਅੱਛੀ ਤਰ੍ਹਾਂ ਵਾਕਫ ਹੋ ਤੁਸੀਂ ਸਾਰੇ ਇਹ ਉਹਨਾਂ ਨੇ ਕਜ਼ਨ ਪਾਈ ਹੈ ਠੀਕ ਹੈ ਤਾਂ ਇਹਨਾਂ ਕੀ ਮਿਲਣੇ ਹੈ ਅਸਲਾਮ ਅਲੈਕੁਮ ਠੀਕ ਹੋ ਰਿਆਜ਼ ਕੀ ਹਾਲ ਹੈ ਜਨਾਬ ਠੀਕ ਹੋ ਖੈਰ ਹੈ ਠੀਕ ਹੈ ਇੱਥੇ ਕੰਮ ਕਰਨੇ ਹੈ ਸਰ ਅੱਛਾ ਕਿੰਨੇ ਅਰਸੇ ਤੋਂ ਮੈਂ ਤਕਰੀਬਨ ਕੋਈ 12 ਸਾਲ ਹੈ ਜੀ ਇਹ 12 ਸਾਲ ਦਾ ਐਕਸਪੀਰੀਅੰਸ ਦੱਸਣਾ ਜੀ ਭਾਈ ਔਰ ਇੱਥੇ ਰਿਆਜ਼ ਬੇਕਰੀ ਚੜ੍ਹੋਈ ਨੇ ਮੁਕਾਮ ਪਰ ਜੋ ਮੌਜੂਦ ਹੈ ਸ਼ਹਿਰਾਂ ਦੇ ਵਿੱਚ ਪੁਰਾਣੀ ਬ੍ਰਾਂਚ ਪਹਿਲੀ ਬ੍ਰਾਂਚ ਹੈ ਜੀ ਇਹਨਾਂ ਇੱਕ ਨਵੀਂ ਬ੍ਰਾਂਚ ਵੀ ਆਪਣੀ ਖੋਲ੍ਹੀ ਹੈ ਉੱਥੋਂ ਹਾਂ ਉੱਪਰ ਖੋਲ੍ਹੀ ਹੈ ਤੇ ਠੀਕ ਹੈ ਤਾਂ ਇਮਰਾਨ ਮੁਗਲ ਕਸ਼ਮੀਰ ਸਾਹਿਬ ਕਿੱਥੇ ਹੋਣੇ ਜੀ ਉਹ ਅੱਜ ਕੱਲ੍ਹ ਡੱਡਿਆਲ ਹੋਣੇ ਡੱਡਿਆਲ ਹੋਣੇ ਹਾਂ ਠੀਕ ਹੈ ਅਦਰੀਸ ਸਾਹਿਬ ਨਾਲ ਹੋਣੇ ਅਦਰੀਸ ਭਾਈ ਨਾਲ ਹੋਣੇ ਠੀਕ ਹੈ ਉਹ ਵੀ ਮਾਸ਼ਾਅੱਲਾ ਇੱਕ ਆਪਣੀ ਸਟਰਗਲ ਕਰਨੇ ਹੁੰਦੇ ਹਾਂ ਆਪਣੇ ਇਮਰਾਨ ਸਾਹਿਬ ਦਾ ਅੱਲਾਹ ਤਾਲਾ ਉਹਨੇ ਕਮਯਾਬ ਕਰਨ ਤਦ ਸੋ ਉਹਨਾਂ ਨੇ ਮੁਹੰਮਦ ਸਾਹਿਬ ਦਾ ਚਾਚਾ ਚੜ੍ਹਾਈ ਲੱਗਣਾ ਪਾਈ ਲੱਗਣਾ ਜੀ ਉਹਨਾਂ ਨੇ ਵੀ ਠੀਕ ਹੈ ਔਰ ਬਾਕੀ ਤੁਸੀਂ ਮੁਲਾਕਾਤ ਕੀਤੀ ਹੈ ਇਹਨਾਂ ਨਾਲ ਵੈਸੇ ਹੀ ਰਾਬਤਾ ਹੋਇਆ ਤਾਂ ਚਲੋ ਮੁਲਾਕਾਤ ਹੋਈ ਹੈ ਵਾਪਸੀ ਅਸ਼ਨਾ ਸਾਹਿਬ ਦਾ ਮੇਰੇ ਕੋਲ ਤੋਂ ਮੈਂ ਬਜ਼ਾਰਾਂ ਵਿੱਚ ਜਿਸਨੇ ਮੌਜੂਦ ਹੈ ਛੋੜੇ ਬਜ਼ਾਰਾਂ ਵਿੱਚ ਠੀਕ ਹੈ ਐਸ ਕਿ ਵਿਜ਼ਿਟ ਵੀ ਕਰਵਾਈ ਛੋਨੇ ਹਾਂ ਬਜ਼ਾਰ ਇਹ ਜਨਾਬ ਅਲੀ ਬਰਗਰ ਸ਼ਰਗਰ ਚਾਹੀਦਾ ਮੈਂ ਠੀਕ ਹੈ ਬਜ਼ਾਰਾਂ ਵਿੱਚ ਮੌਜੂਦ ਹਾਂ ਜੀ ਇਸ ਵੇਲੇ ਅਸਾਂ ਰਿਆਜ਼ ਬੇਕਰੀ ਨੇ ਬਿਲਕੁਲ ਬਾਹਰ ਤੱਕ ਹੀ ਸਕਦੇ ਹੋ ਇੱਥੋਂ ਸਹੀ ਨਜ਼ਰ ਆਈ ਸੀ ਇਹ ਰਿਆਜ਼ ਬੇਕਰੀ ਹੈ ਜੀ ਕਾਫੀ ਫੇਮਸ ਹੈ ਔਰ ਭਾਈ ਹੋਰ ਇੱਥੇ ਕੰਮ ਕਰਨੇ ਜਿਹੜੇ ਸਾਡੇ ਕਜ਼ਨ ਹੈ ਮਸਜਿਦ ਨੇ ਖੋਲ੍ਹ ਲਈਆਂ ਚਲੋ ਹੁਣ ਠੀਕ ਹੈ ਫਿਰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਇਨਸ਼ਾਅੱਲਾ ਅੱਲਾਹ ਹਾਫਿਜ਼